ਹਾਂਜੀ ਦੋਸਤੋ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਬੰਟੀ, ਪੰਜਾਬੀ ਵਲੌਗ ਐਂਡ ਟਰੈਵਲ। ਅੱਜ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਛੱਲਾ ਸਾਹਿਬ, ਪਿੰਡ ਮੋਹੀ। ਵੀਡੀਓ ਨਾਲ ਦੋਸਤੋ ਬਣੇ ਰਹੋ ਜੀ, ਅਤੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਗੁਰਦੁਆਰਾ ਸਾਹਿਬ ਜੀ ਦੇ ਕਰਾਉਂਦੇ ਹਾਂ ਦਰਸ਼ਨ ਜੀ। ਵੀਡੀਓ ਨਾਲ ਬਣੇ ਰਹੋ ਦੋਸਤੋ, ਵੀਡੀਓ ਨੂੰ ਅੱਗੇ ਨਾ ਕੱਢਿਓ, ਬੜੇ ਪਿਆਰ ਅਤੇ ਸਤਿਕਾਰ ਨਾਲ ਬੈਠ ਕੇ ਵੀਡੀਓ ਦੇਖੋ ਜੀ। ਹਾਂਜੀ ਦੋਸਤੋ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਜੀ ਗੁਰਦੁਆਰਾ ਮੋਹੀ ਦੇ ਵਿੱਚ, ਜੋ ਗੁਰਦੁਆਰਾ ਸਾਹਿਬ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋਇਆ ਜੀ, ਪਿੰਡ ਮੋਹੀ ਦੇ ਵਿੱਚ, ਜੋ ਘੁਮਾਣਾ ਲਿਓ ਆਉਂਦੇ ਹੋਏ ਰਾਸਤੇ ਦੇ ਵਿੱਚ ਮੋਹੀ ਪਿੰਡ ਆਉਂਦਾ ਜੀ। ਅਤੇ ਇਸ ਗੁਰਦੁਆਰਾ ਸਾਹਿਬ ਜੀ ਦੇ ਅੱਜ ਆਪਾਂ ਤੁਹਾਨੂੰ ਸੰਗ ਤੋਂ ਵੀਡੀਓ ਨਾਲ ਬਣੇ ਰਹੇ ਹੋ, ਇਕੱਲੀ ਇਕੱਲੀ ਜੀ ਦੇ ਦਰਸ਼ਨ ਕਰਵਾਉਂਦੇ ਹਾਂ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ। ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ, ਵੀਡੀਓ ਨਾਲ ਬਣੇ ਰਹੇ ਹੋ ਪਿੰਡ ਮੋਹੀ ਦੇ ਤੁਹਾਨੂੰ ਦਰਸ਼ਨ ਕਰਵਾਉਣ ਲਈ ਜੀ। ਜਿਨ੍ਹਾਂ ਦੋਸਤਾਂ ਨੇ, ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ, ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਅਤੇ ਬੈੱਲ ਆਈਕੋਨ ਦਾ ਬਟਨ ਵੀਰੇ ਜ਼ਰੂਰ ਦਬਾ ਲਿਆ ਕਰੋ, ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਮੇਰੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ। ਚਲੋ ਆਪਾਂ ਲੈ ਕੇ ਚੱਲਦੇ ਹਾਂ ਜੀ ਤੁਹਾਨੂੰ ਫਿਰ ਗੁਰਦੁਆਰਾ ਸਾਹਿਬ ਜੀ ਦੇ ਵਿੱਚ। ਪਿੰਡ ਮੋਹੀ, ਜ਼ਿਲ੍ਹਾ ਲੁਧਿਆਣਾ ਦੇ ਗੁਰਦੁਆਰਾ ਸਾਹਿਬ ਦੀ ਪਵਿੱਤਰ ਧਰਤੀ ਉੱਪਰ 31 ਦਸੰਬਰ 1704 ਈਸਵੀ ਨੂੰ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਮੁਬਾਰਕ ਚਰਨ ਪਾਏ ਜੀ। ਉਸ ਸਮੇਂ ਉਹਨਾਂ ਦੇ ਨਾਲ ਪੰਜ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਨਾਲ ਸਨ। ਇਹ ਅਸਥਾਨ ਪਿੰਡ ਮੋਹੀ ਤੋਂ ਬਾਹਰ ਬਾਹਰ ਸੰਘਣੇ ਦਰਖਤਾਂ ਦੀ ਝਿੜੀ ਸੀ, ਜਿੱਥੇ ਇੱਕ ਛੋਟੀ ਪਾਣੀ ਦੀ ਢਾਬ ਵੀ ਸੀ। ਗੁਰੂ ਸਾਹਿਬ ਜੀ ਨੇ ਇਕਾਂਤ ਥਾਂ ਜਾਣ ਕੇ ਇੱਥੇ ਰਾਤ ਵਿਸ਼ਰਾਮ ਕੀਤਾ। ਜਦੋਂ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਗੁਰੂ ਜੀ ਦੇ ਇੱਥੇ ਠਹਿਰਨ ਦਾ ਪਤਾ ਲੱਗਾ ਤਾਂ ਪਿੰਡ ਵਾਸੀ ਗੁਰੂ ਸਾਹਿਬ ਜੀ ਨੂੰ ਆ ਕੇ ਮਿਲੇ, ਸ਼ਰਧਾ ਭਾਵਨਾ ਨਾਲ ਜਲ ਪਾਣੀ ਦੀ ਸੇਵਾ ਕੀਤੀ ਅਤੇ ਹੋਰ ਕਿਸੇ ਸੇਵਾ ਵਾਸਤੇ ਪੁੱਛਿਆ। ਗੁਰੂ ਜੀ ਦੀ ਉਂਗਲ ਵਿੱਚ ਇੱਕ ਛੱਲਾ ਸੀ, ਜਿਸ ਦੀ ਸਹਾਇਤਾ ਨਾਲ ਯੁੱਧ ਸਮੇਂ ਤੀਰ ਚਲਾਉਂਦੇ ਸਨ। ਉਂਗਲ ਨੂੰ ਸੋਜ ਆਈ ਹੋਈ ਸੀ। ਗੁਰੂ ਜੀ ਨੇ ਮਿਸਤਰੀ ਸਿੰਘ ਨੂੰ ਬੁਲਾ ਕੇ ਛੱਲਾ ਕਟਵਾਉਣ ਲਈ ਕਿਹਾ। ਪਿੰਡ ਦੇ ਭਾਈ ਜਵਾਲਾ ਜੀ ਲੁਹਾਰ ਨੇ ਛੱਲਾ ਕੱਟ ਦਿੱਤਾ। ਗੁਰੂ ਜੀ ਜਵਾਲਾ ਜੀ 'ਤੇ ਬੜੇ ਖੁਸ਼ ਹੋਏ ਅਤੇ ਉਸ ਦੇ ਪਰਿਵਾਰ ਨੂੰ ਪੀੜ੍ਹੀ ਦਰ ਪੀੜ੍ਹੀ ਵਧਣ ਫੁੱਲਣ ਦਾ ਵਰ ਦਿੱਤਾ ਅਤੇ ਕੱਟਿਆ ਹੋਇਆ ਛੱਲਾ ਜਵਾਲਾ ਜੀ ਨੂੰ ਨਿਸ਼ਾਨੀ ਵਜੋਂ ਦੇ ਦਿੱਤਾ, ਜੋ ਅੱਜ ਕੱਲ੍ਹ ਉਹਨਾਂ ਦੀ ਅੰਸ਼ ਵੰਸ਼ ਵਿੱਚੋਂ ਭਾਈ ਮਿਹਰ ਸਿੰਘ ਜੀ ਕੋਲ ਪਿੰਡ ਭੰਮੀਪੁਰਾ ਨੇੜੇ ਜਗਰਾਓਂ ਹੈ। ਅਤੇ ਭਾਈ ਜਵਾਲਾ ਜੀ ਨੇ ਗੁਰੂ ਜੀ ਨੂੰ ਦਰਸ਼ਨੀ ਭੇਟਾ ਵਜੋਂ ਆਪਣੇ ਹੱਥ ਦੀ ਕਾਰੀਗਰੀ ਦਾ ਕਮਾਲ ਇੱਕ ਲੋਟਾ ਗੰਗਾ ਸਾਗਰ ਭੇਟ ਕੀਤਾ, ਜਿਸ ਵਿੱਚ 111 ਛੇਕ ਸਨ, ਜਿਸ ਵਿੱਚੋਂ ਰੇਤਾ ਪਾਇਆ ਤਾਂ ਕਿਰ ਜਾਂਦੀ ਸੀ ਅਤੇ ਦੁੱਧ ਪਾਉਣ 'ਤੇ ਚਾਹੁੰਦਾ ਨਹੀਂ ਸੀ। ਇਹ ਗੰਗਾ ਸਾਗਰ ਗੁਰੂ ਜੀ ਨੇ ਨਿਸ਼ਾਨੀ ਵਜੋਂ ਰਾਏਕੋਟ ਦੇ ਸੇਵਕ ਰਾਏ ਕੱਲਾ ਜੀ ਨੂੰ ਦੇ ਗਏ, ਜੋ ਅੱਜ ਕੱਲ੍ਹ ਉਹਨਾਂ ਦੇ ਪਰਿਵਾਰ ਦੇ ਮੈਂਬਰ ਅਜੀਜ਼ ਉੱਲਾ ਵਾਸੀ ਪਾਕਿਸਤਾਨ ਕੋਲ ਹੈ।
ਉਪਰੋਕਤ ਸਾਖੀ ਸਰਦਾਰ ਕੇਹਰ ਸਿੰਘ ਮਠਾੜੂ ਜੀ ਵਜੋਂ ਲਿਖੀ ਗਈ ਕਿਤਾਬ ਕੀਰਤੀ ਸੂਰਮੇ ਤੇ ਪੰਨਾ 579 ਵਿੱਚ ਦਰਜ ਹੈ ਅਤੇ ਭਾਸ਼ਾ ਵਿਭਾਗ ਵੱਲੋਂ ਲਿਖੀ ਗਈ ਕਿਤਾਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਪੰਨਾ 48 ਉੱਪਰ ਮੋਹੀ ਪਿੰਡ ਦਾ ਜ਼ਿਕਰ ਆਉਂਦਾ ਹੈ। ਸੋ ਪਿੰਡ ਮੋਹੀ ਦੀ ਸੰਗਤ ਨੇ ਗੁਰੂ ਸਾਹਿਬ ਤੋਂ ਚੜ੍ਹੀ ਆਓ ਲੱਥੀ ਜਾਓ ਦਾ ਵਰ ਪ੍ਰਾਪਤ ਕੀਤਾ, ਭਾਵ ਕੋਈ ਆਫਤ ਮੋਹੀ ਨਗਰ ਤੇ ਆਵੇਗੀ ਤਾਂ ਕਿਸੇ ਕਿਸਮ ਦਾ ਨੁਕਸਾਨ ਕਰਨ ਤੋਂ ਬਗੈਰ ਟਲ ਜਾਵੇਗੀ। ਇਹ ਦਰਗਾਹੀ ਬਚਨ ਅੱਜ ਤੱਕ ਪੂਰੇ ਹੋ ਰਹੇ ਹਨ। 1945 ਵਿੱਚ ਬੱਦੋਵਾਲ ਦੀ ਜੰਗ ਜੋ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਹੋਈ, ਇਸ ਮੌਕੇ ਬੱਦੋਵਾਲ ਦੇ ਆਲੇ ਦੁਆਲੇ ਦੇ ਪਿੰਡਾਂ ਦਾ ਕਾਫ਼ੀ ਜਾਨੀ ਨੁਕਸਾਨ ਹੋਇਆ, ਪਰ ਮੋਹੀ ਪਿੰਡ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਦੂਜਾ, ਸਰਕਾਰੀ ਸਕੀਮ ਅਨੁਸਾਰ ਜੋ ਹਵਾਈ ਅੱਡਾ ਮੋਹੀ ਪਿੰਡ ਦੀ ਜ਼ਮੀਨ ਵਿੱਚ ਬਣਨਾ ਸੀ, ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਹਲਵਾਰੇ ਦੀ ਜ਼ਮੀਨ ਵਿੱਚ ਬਣ ਗਿਆ। ਤੀਜੀ ਪ੍ਰਤੱਖ ਗੱਲ, 1965 ਦੀ ਭਾਰਤ ਪਾਕਿਸਤਾਨ ਦੀ ਜੰਗ ਵਿੱਚ ਪਾਕਿਸਤਾਨ ਜਹਾਜ਼ ਵੱਲੋਂ ਮੋਹੀ ਨਗਰ 'ਤੇ 4 ਬੰਬ ਸੁੱਟੇ, ਜੋ ਮੋਹੀ ਤੋਂ 4 ਫਰਲਾਂਗ ਦੇ ਡਿੱਗੇ। ਮੋਹੀ ਨਗਰ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ। ਪਹਿਲਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਛੋਟੀ ਸੀ, 1935 ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਦੁਬਾਰਾ ਬਣਨ ਲੱਗੀ, 1936 ਵਿੱਚ ਬਣ ਕੇ ਤਿਆਰ ਹੋ ਗਈ। ਇਸ ਦੀ ਸੇਵਾ ਸੰਤ ਬਾਬਾ ਨਿਰੰਜਣ ਸਿੰਘ ਅਤੇ ਸੰਗਤ ਦੇ ਸਹਿਯੋਗ ਨਾਲ ਹੋਈ। ਇਸ ਸੇਵਾ ਦੌਰਾਨ ਮੋਹੀ ਨਗਰ ਦੇ ਭਾਈ ਰਣ ਸਿੰਘ ਸਪੁੱਤਰ ਭਾਈ ਵਧਾਵਾ ਸਿੰਘ ਸੇਵਾ ਕਰਦੇ ਸ਼ਹੀਦ ਹੋਏ। ਸੰਤ ਨਿਰੰਜਣ ਸਿੰਘ ਜੀ ਜੋ ਬਾਅਦ ਬਾਬਾ ਨਿਹਾਲ ਸਿੰਘ ਜੀ ਕਮਾਲਪੁਰਾ ਮੋਹੀ ਵਾਲੇ ਸੇਵਾ ਕਰ ਰਹੇ ਹਨ ਜੀ। ਕੁਝ ਸਮਾਂ ਬਾਅਦ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ, ਜੋ ਅੱਜ ਕੱਲ੍ਹ ਪ੍ਰਬੰਧ ਚਲਾ ਰਹੀ ਹੈ। ਇੱਥੇ ਵਰਣਨਯੋਗ ਹੈ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਸੰਤ ਬਾਬਾ ਹਰਵੰਸ ਸਿੰਘ ਜੀ ਦਿੱਲੀ ਕਾਰ ਸੇਵਾ ਵਾਲਿਆਂ ਵੱਲੋਂ ਆਪਣੀ ਦੇਖ ਰੇਖ ਹੇਠ ਸੰਗਤ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਜੀ। ਇਸ ਗੁਰਦੁਆਰਾ ਸਾਹਿਬ ਵਾਸਤੇ ਮਾਤਾ ਬਿਸ਼ਨ ਕੌਰ ਚਾਨਾ ਨੇ 8 ਕਿੱਲੇ ਜ਼ਮੀਨ ਦਾਨ ਦਿੱਤੀ ਹੈ, ਜੋ ਕਿ ਭਾਈ ਜਵਾਲਾ ਸਿੰਘ ਦੇ ਪਰਿਵਾਰ ਨਾਲ ਸੰਬੰਧਿਤ ਹੈ। ਇਸ ਅਸਥਾਨ 'ਤੇ ਹਰ ਸਾਲ ਗੁਰੂ ਸਾਹਿਬ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ 31 ਦਸੰਬਰ ਵਾਲੇ ਦਿਨ ਨਗਰ ਕੀਰਤਨ ਸਜਾਏ ਜਾਂਦੇ ਹਨ ਅਤੇ ਜਨਵਰੀ ਨੂੰ ਦੀਵਾਨ ਸਜਾ ਕੇ ਭੋਗ ਵੀ ਪਾਏ ਜਾਂਦੇ ਹਨ ਜੀ। ਇਹ ਸੀਗਾ ਜੀ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ, ਗੁਰਦੁਆਰਾ ਛੱਲਾ ਸਾਹਿਬ ਜੋ ਪਿੰਡ ਮੋਹੀ ਦੇ ਵਿੱਚ ਬਣਿਆ ਹੋਇਆ, ਜਿਸ ਜਗ੍ਹਾ 'ਤੇ ਤੁਸੀਂ ਦਰਸ਼ਨ ਕਰ ਰਹੇ ਹੋ ਸੰਗ ਤੋਂ। ਆਪਾਂ ਤੁਹਾਨੂੰ ਵੀਡੀਓ ਰਾਹੀਂ ਦਰਸ਼ਨ ਕਰਾਏ ਗੁਰਦੁਆਰਾ ਛੱਲਾ ਸਾਹਿਬ ਜੀ ਦੇ। ਦੋਸਤੋ, ਤੁਸੀਂ ਵੀ ਇਸ ਜਗ੍ਹਾ ਤੇ ਦਰਸ਼ਨ ਕਰਨ ਲਈ ਜ਼ਰੂਰ ਆਇਓ ਤੇ ਆਪਣਾ ਜੀਵਨ ਸਫਲ ਕਰਿਓ ਜੀ। ਜਿੱਥੇ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਸਵੀਂ ਚਰਨ ਪਾਏ ਜੀ, ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ। ਬਣੇ ਰਹੋ ਦੋਸਤੋ, ਤੇ ਅੱਜ ਆਪਾਂ ਤੁਹਾਨੂੰ ਇਸ ਜਗ੍ਹਾ ਦੇ ਦਰਸ਼ਨ ਕਰਵਾਏ ਜੀ ਤੇ ਮਿਲਦੇ ਆ ਹੁਣ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਜੀ। ਚੈਨਲ ਨਾਲ ਬਣੇ ਰਹੋ ਜੀ ਦੋਸਤੋ, ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ, ਉਹ ਚੈਨਲ ਨੂੰ ਸਬਸਕ੍ਰਾਈਬ ਕਰ, ਬੈਲ ਆਈਕੋਨ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਜੀ, ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਸਾਰੀਆਂ ਅਪਡੇਟ ਹੁੰਦੀਆਂ ਰਹਿਣ ਜੀ। ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਜੀ।